जैसा महल को देख रहे हैं कि एक दुल्हन की तरह सजा हुआ है, मुझे लगता है इतने सालों बाद जब यहाँ पे आनंद कार्य हुआ है तो जैसे महल में वापस जान आ गई है। मैं बहुत भाग्यवान हूँ जो मैनू ये अवसर खुश नसीब हाँ जो इतने मेरे आनंद कार्य हुए। ਇਹ ਹੈ ਨਾਭਾ ਦਾ ਹੀਰਾ ਮਹਿਲ ਜਿਸ ਨੂੰ ਹੁਣ ਬੇਹੱਦ ਖੂਬਸੂਰਤ ਢੰਗ ਨਾਲ ਸਜਾਇਆ ਗਿਆ। ਦਰਅਸਲ ਇੱਥੇ ਹੁਣ ਇੱਕ ਵਿਆਹ ਹੋ ਰਿਹਾ ਹੈ। ਹਾਲਾਂਕਿ ਨਾਭਾ ਰਿਆਸਤ ਦੇ ਮਹਾਰਾਜਾ ਰਿਪੂ ਦਮਨ ਸਿੰਘ ਨੇ ਆਨੰਦ ਕਾਰਜ ਤਹਿਤ ਹੋਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਅਹਿਮ ਰੋਲ ਨਿਭਾਇਆ ਸੀ ਅਤੇ 1908 ਦੇ ਵਿੱਚ ਬਿੱਲ ਨੂੰ ਕੌਂਸਲ ਦੇ ਵਿੱਚ ਪੇਸ਼ ਕੀਤਾ ਸੀ। ਪਰ ਹੁਣ ਕਰੀਬ 100 ਸਾਲ ਬਾਅਦ ਮੁੜ ਤੋਂ ਇਸ ਮਹਿਲ ਦੇ ਵਿੱਚ ਆਨੰਦ ਕਾਰਜ ਹੋ ਰਹੇ ਨੇ। ਇਸ ਮਹਿਲ ਨੂੰ ਬੇਹੱਦ ਖਾਸ ਤਰੀਕੇ ਨਾਲ ਸਜਾਇਆ ਗਿਆ ਹੈ ਅਤੇ ਹੀਰਾ ਮਹਿਲ ਦੇ ਵਿੱਚ ਆਨੰਦ ਕਾਰਜ ਕਰਵਾ ਰਹੇ ਨੇ। ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਰਿਵਾਰ ਦੇ ਵੱਲੋਂ ਇਸ ਮਹਿਲ ਦੇ ਵਿੱਚ ਆਨੰਦ ਕਾਰਜ ਕਰਵਾਉਣ ਦੀ ਖੁਆਇਸ਼ ਜਿਤਾਈ ਗਈ ਸੀ, ਤਮੰਨਾ ਜਿਤਾਈ ਗਈ ਸੀ, ਜਿਸ 'ਤੇ ਮਹਾਰਾਣੀ ਪ੍ਰੀਤੀ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਵੀ ਇਸ ਗੱਲ ਨੂੰ ਮੰਨ ਗਏ, ਜਿਸ ਤੋਂ ਬਾਅਦ ਹੁਣ ਨਾਭਾ ਰਿਆਸਤ ਦੇ ਮਹਾਰਾਜਾ ਰਿਪੂ ਦਮਨ ਸਿੰਘ ਦੇ ਇਸ ਹੀਰਾ ਮਹਿਲ ਨੂੰ ਸਜਾਇਆ ਗਿਆ ਅਤੇ ਇੱਥੇ ਖਾਸ ਵਿਆਹ ਹੋ ਰਿਹਾ ਹੈ। ਹਾਲਾਂਕਿ ਇਹ ਵਿਆਹ ਬਿਲਕੁਲ ਸਾਦਾ ਹੈ। ਇਸ ਮੌਕੇ ਪਹੁੰਚੇ ਦੁੱਲੇ ਦਾ ਕਹਿਣਾ ਸੀ ਕਿ ਉਸਦੇ ਮਨ ਦੀ ਤਮੰਨਾ ਸੀ ਕਿ ਉਹ ਮਹਾਰਾਜਾ ਰਿਪੂ ਦਮਨ ਦੇ ਮਹਿਲ ਦੇ ਵਿੱਚ ਆਨੰਦ ਕਾਰਜ ਕਰਾਵੇ ਅਤੇ ਉਸਦਾ ਸੁਪਨਾ ਸਾਕਾਰ ਹੋ ਰਿਹਾ ਹੈ। ਦੂਜੇ ਪਾਸੇ ਰਾਣੀ ਪ੍ਰੀਤੀ ਨੇ ਵੀ ਕਿਹਾ ਕਿ ਉਹਨਾਂ ਨੂੰ ਵੀ ਖੁਸ਼ੀ ਹੈ ਕਿ ਹੀਰਾ ਮਹਿਲ ਦੇ ਵਿੱਚ ਮੁੜ ਤੋਂ ਰੌਣਕ ਆਈ ਹੈ ਅਤੇ ਉਹਨਾਂ ਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇੱਥੇ ਜਿਹੜਾ ਵਿਆਹ ਕਰਵਾਇਆ ਜਾ ਰਿਹਾ ਹੈ ਉਹ ਬਿਲਕੁਲ ਸਾਦੇ ਢੰਗ ਨਾਲ ਹੋ ਰਿਹਾ ਹੈ, ਬਿਨਾਂ ਕਿਸੇ ਦਾਜ ਦਹੇਜ ਦੇ। ਇੱਥੋਂ ਤੱਕ ਕਿ ਮਿਲਣੀਆਂ ਵੀ ਨਹੀਂ ਕੀਤੀਆਂ ਗਈਆਂ। ਹਾਂਜੀ, ਸਾਡੇ ਜਿਹੜੇ ਸੀਗੇ ਨਾ ਬਜ਼ੁਰਗ ਨਰਾਇਣਗੜ੍ਹ ਤੰਬੂਆਂ ਪਿੰਡ ਤੋਂ ਸੀਗੇ, ਉਹ ਮਹਾਰਾਜਾ ਰੁਪਦਮਨ ਸਿੰਘ ਦੇ ਨਾਲ ਹਰ ਟਾਈਮ ਸੀਗਾ ਉਹਨਾਂ ਦਾ ਆਉਣਾ ਜਾਣਾ। ਮਹਾਰਾਜਾ ਰੁਪਦਮਨ ਸਿੰਘ ਨੇ ਆਨੰਦ ਕਾਰਜ ਦੀ ਜਿਹੜੀ ਰਸਮ ਸੀ ਉਹ ਸ਼ੁਰੂ ਕਰੀ ਸੀ। ਸਾਨੂੰ ਬਹੁਤ ਅੱਛਾ ਲੱਗ ਰਿਹਾ ਵੀ ਉਹਨਾਂ ਦੇ ਮਹਿਲ 'ਚ ਅੱਜ ਉਵੇਂ ਸਾਦੇ ਢੰਗ ਨਾਲ ਵਿਆਹ ਔਰ ਸਾਦੇ ਢੰਗ ਨਾਲ ਆਨੰਦ ਕਾਰਜ ਜਿਹੜੇ ਇੱਥੇ ਹੋਏ ਨੇ ਸਾਨੂੰ ਬਹੁਤ ਅੱਛਾ ਲੱਗ ਰਿਹਾ। ਇੱਕ ਮੰਥ ਤੋਂ ਹੋ ਰਿਹਾ ਸੀ ਜੀ ਇਹ ਸਾਰਾ ਸਿਸਟਮ ਅਤੇ ਸਾਨੂੰ ਬਹੁਤ ਅੱਛਾ ਲੱਗ ਰਿਹਾ, ਬਹੁਤ ਵਧੀਆ ਔਰ ਵਾਹਿਗੁਰੂ ਨੇ ਵੀ ਸਾਨੂੰ ਮੌਸਮ ਇੰਨੇ ਖਰਾਬ ਦੇ ਵਿੱਚ ਵਧੀਆ ਮੌਸਮ ਦਿੱਤਾ ਅਤੇ ਸਾਰਾ ਸਹੀ ਢੰਗ ਨਾਲ ਪ੍ਰੋਗਰਾਮ ਹੋ ਗਿਆ। ਦੇਖੋ, ਇੱਦਾਂ ਦੀ ਕੋਈ ਸੋਚ ਨਹੀਂ ਸੀ, ਪਰ ਪਰਮਾਤਮਾ ਨੇ ਮਿਹਰ ਕਰੀ, ਮੈਨੂੰ ਇਸ ਪਰਿਵਾਰ ਨਾਲ ਮਿਲਾਇਆ, ਮੇਰੇ ਇੱਥੇ ਆਨੰਦ ਕਾਰਜ ਹੋਏ। ਮੈਂ ਬਹੁਤ ਭਾਗਾਂ ਵਾਲਾ ਜੋ ਮੈਨੂੰ ਇਹ ਅਵਸਰ ਖੁਸ਼ ਨਸੀਬ ਹਾਂ ਜੋ ਇੱਥੇ ਮੇਰੇ ਆਨੰਦ ਕਾਰਜ ਹੋਏ। ਸੋ ਛੋਟੇ ਹੁੰਦੇ ਤੋਂ ਸੁਣਦੇ ਆ ਰਹੇ ਸੀ ਮਹਾਰਾਜਾ ਹੀਰਾ ਸਿੰਘ ਬਾਰੇ, ਮਹਾਰਾਜਾ ਰਿਪੂ ਦਮਨ ਸਿੰਘ ਬਾਰੇ, ਆਨੰਦ ਕਾਰਜ ਬਾਰੇ, ਤਾਂ ਬਹੁਤ ਅੱਜ ਭਾਗਾ ਭਰਿਆ ਦੇਣਾ ਕਿ ਜੋ ਮੈਨੂੰ ਅੱਜ ਇੱਕ ਮੌਕਾ ਮਿਲਿਆ ਉਹਨਾਂ ਦੇ ਪਰਿਵਾਰ ਨਾਲ ਜੁੜ ਕੇ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਆਨੰਦ ਕਾਰਜ ਕਰਵਾਉਣ ਦਾ। ਕੁਛ ਕੁ 2 ਮਹੀਨੇ ਪਹਿਲਾਂ ਮਹਾਰਾਣੀ ਪ੍ਰੀਤੀ ਜੀ ਨਾਲ ਗੱਲ ਹੋਈ ਸੀ ਤਾਂ ਉਹ ਬਹੁਤ ਖੁਸ਼ ਹੋਏ ਕਿ ਇੱਥੇ ਜੇ ਆਨੰਦ ਕਾਰਜ ਹੁੰਦੇ ਨੇ ਤਾਂ ਬਹੁਤ ਭਾਗਾਂ ਭਰਿਆ ਇਸ ਮਹਿਲ ਵਿੱਚ, ਦੁਬਾਰਾ ਰੌਣਕਾਂ ਲੱਗਣਗੀਆਂ, ਦੁਬਾਰਾ ਖੁਸ਼ੀਆਂ ਆਉਣਗੀਆਂ। ਸੋ ਉਦੋਂ ਤੋਂ ਹੀ ਇਹ ਆਰੰਭ ਹੋਏ ਨੇ ਜਿੰਨੇ ਵੀ ਪ੍ਰੈਪਰੇਸ਼ਨ ਹੈਗੀਆਂ ਨੇ। 3-4 ਦਿਨ ਤੋਂ ਲਗਾਤਾਰ ਇੱਥੇ ਕੁਛ ਟੀਮਾਂ ਆ ਕੇ ਇਸ ਮਹਿਲ ਦੀ ਸਜਾਵਟ ਕਰ ਰਹੀਆਂ ਨੇ, ਤੁਸੀਂ ਦੇਖ ਹੀ ਰਹੇ ਹੋ ਕਿੱਡਾ ਵੱਡਾ, ਤਾਂ ਕਮ ਸੇ ਕਮ 3 ਦਿਨ ਲੱਗ ਗਏ ਉਹਨਾਂ ਨੂੰ ਸਾਰੇ ਮਹਿਲ ਨੂੰ ਸਜਾਉਣ ਵਾਸਤੇ। ਬੜੇ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੇ ਹਾਂ ਜਿਹੜੀ ਸਾਡੀ ਬੱਚੀ ਦੀ
ਮੈਰਿਜ ਆ ਜਾਂ ਆਨੰਦ ਕਾਰਜ ਨੇ ਉਹ ਇਸ ਪੁਰਾਤਨ ਮਹਿਲ ਦੇ ਵਿੱਚ ਸਾਨੂੰ ਕਰਵਾਉਣ ਦਾ ਮੌਕਾ ਮਿਲਿਆ। ਅਤੇ ਮਹਾਰਾਣੀ ਸਾਹਿਬਾ ਦੱਸ ਰਹੇ ਸੀ ਵੀ ਫਸਟ ਟਾਈਮ ਹੀ ਬਹੁਤ ਦੇਰ ਬਾਅਦ ਫੰਕਸ਼ਨ ਹੋ ਰਿਹਾ ਅਤੇ ਵੀ ਅਸੀਂ ਬਹੁਤ ਖੁਸ਼ ਹਾਂ ਅਤੇ ਅਸੀਂ ਆਪਣੇ ਆਪ ਲੱਕੀ ਫੀਲ ਕਰਦੇ ਹਾਂ ਅਤੇ ਬਹੁਤ ਖੁਸ਼ ਮਹਿਸੂਸ ਕਰਦੇ ਹਾਂ ਵੀ ਜਿਹੜਾ ਸਾਨੂੰ ਇੱਥੇ ਫੰਕਸ਼ਨ ਕਰਨ ਦਾ ਮੌਕਾ ਮਿਲਿਆ। ਬਿਲਕੁਲ ਜੀ, ਜਿਵੇਂ ਪਹਿਲਾਂ ਸਾਨੂੰ ਪਾਠੀ ਸਿੰਘ ਸਾਹਿਬਾਨਾਂ ਨੇ ਦੱਸਿਆ ਸੀਗਾ ਵੀ ਆਨੰਦ ਕਾਰਜ ਮਹਾਰਾਜ ਸਾਹਿਬ ਨੇ ਇੱਥੇ ਸ਼ੁਰੂ ਕਰਵਾਈ ਸੀ ਅਤੇ ਉਸ ਤੋਂ ਬਾਅਦ ਦੁਬਾਰਾ ਪਤਾ ਨਹੀਂ ਬਹੁਤ 100 ਸਾਲ ਤੋਂ ਬਾਅਦ ਇੱਥੇ ਮੈਰਿਜ ਹੋ ਰਹੀ ਹੈ, ਆਨੰਦ ਕਾਰਜ ਦੁਬਾਰਾ ਹੋ ਰਹੇ ਨੇ ਅਤੇ ਬੜਾ ਅਸੀਂ ਮਤਲਬ ਕਿ ਵਿਲੱਖਣ ਤਰੀਕੇ ਨਾਲ ਜਿਹੜੇ ਮੈਰਿਜ ਹੋ ਰਹੀ ਹੈ ਇਹਨੂੰ ਅਸੀਂ ਇੰਜੋਏ ਕਰ ਰਹੇ ਹਾਂ। ਨਾ ਕੋਈ DJ, ਨਾ ਕੋਈ ਰੌਲਾ ਰੱਪਾ, ਬੜੇ ਖੂਬਸੂਰਤ ਮਾਹੌਲ ਦੇ ਵਿੱਚ ਲਾਈਟ ਮਿਊਜ਼ਿਕ, ਰਾਜਸਥਾਨੀ ਮਿਊਜ਼ਿਕ ਸੀਗਾ ਅਤੇ ਉੱਪਰ ਮਹਾਰਾਜ ਸਰੂਪ ਪੂਰੇ ਪ੍ਰਥਾ ਦੇ ਵਿੱਚ ਰਹਿ ਕੇ ਅਤੇ ਆਨੰਦ ਕਾਰਜ ਹੋਏ ਨੇ ਅਤੇ ਬੜਾ ਚੰਗਾ ਲੱਗਿਆ। ਇਲਾਕੇ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਇੱਦਾਂ ਦੀ ਜਗ੍ਹਾ ਨੂੰ ਆਪਾਂ ਨੂੰ ਵੈਡਿੰਗਸ ਦੇ ਵਾਸਤੇ ਪਲੈਨ ਕਰਨਾ ਚਾਹੀਦਾ ਅਤੇ ਵੀ ਬੜਾ ਇੱਕ ਸਕੂਨ ਜਿਹੜਾ ਮਿਲਦਾ ਨਾ ਵੱਖਰੇ ਤਰ੍ਹਾਂ ਦਾ ਅਤੇ ਇੱਕ ਸ਼ਾਂਤੀ ਆ ਉਹ ਹੋਰ ਜਿਹੜੇ ਜਿੱਥੇ ਵੀ ਅਸੀਂ ਜਾਂਦੇ ਹਾਂ ਪੈਲਸਾਂ ਵਗੈਰਾ ਦੇ ਵਿੱਚ ਉੱਥੇ ਨਹੀਂ ਹੈਗੇ। ਦਿਓਰ ਦੀ ਆ ਅਤੇ ਅਸੀਂ ਸੋਚਦੇ ਹਾਂ ਅਸੀਂ ਬਹੁਤ ਹੀ ਭਾਗਾਂ ਵਾਲੇ ਹਾਂ, ਸਾਨੂੰ ਇੰਨਾ ਸੋਹਣਾ ਸੁਹੱਬ ਵੇਲਾ ਮਿਲਿਆ, ਪਰਮਾਤਮਾ ਦੀ ਮਿਹਰ ਹੋਈ। ਜਿਹੜੇ ਉਹ ਆਨੰਦ ਕਾਰਜ ਸੀ ਉਹ ਇੱਕ ਹੀ ਅਲੱਗ ਮਾਹੌਲ ਸੀਗਾ, ਮਤਲਬ ਕਿ ਆਮ ਮਤਲਬ ਕਿ ਕਿਤੇ ਆਪਾਂ ਪੈਲਸ 'ਚ ਉਹ ਫੀਲ ਉਹਨਾਂ ਚੀਜ਼ਾਂ ਨੂੰ ਕਰ ਨਹੀਂ ਸਕਦੇ ਹੈਗੇ। ਮਹਿਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਡੈਕੋਰੇਟ ਕਰਿਆ ਗਿਆ ਹੈਗਾ, ਪੁਰਾਣਾ ਹੈਰੀਟੇਜ ਲੁੱਕ ਦਿੱਤੀ ਗਈ ਆ। ਐਵਰੀਥਿੰਗ ਇਜ਼ ਸੋ ਗੁੱਡ, ਵੀ ਆਰ ਸੋ ਹੈਪੀ। ਮੈਂ ਸੋਚਦੀ ਹਾਂ ਚੀਜ਼ਾਂ ਦੁਬਾਰਾ ਤੋਂ ਹੋਣੀਆਂ ਚਾਹੀਦੀਆਂ ਹਨ। ਜੈਸਾ ਮਹਿਲ ਕੋ ਦੇਖ ਰਹੇ ਕਿ ਇੱਕ ਦੁਲਹਨ ਕੀ ਤਰ੍ਹਾਂ ਸਜਾ ਹੁਆ ਹੈ, ਮੁਝੇ ਲੱਗਤਾ ਹੈ ਇਤਨੇ ਸਾਲੋਂ ਬਾਅਦ ਜਬ ਯਹਾਂ ਪੇ ਆਨੰਦ ਕਾਰਜ ਹੁਆ ਹੈ ਤੋ ਜੈਸੇ ਮਹਿਲ ਮੇਂ ਵਾਪਸ ਜਾਨ ਆ ਗਈ ਹੈ। ਔਰ ਉਸਸੇ ਬੜੀ ਬਾਤ ਇਹ ਹੈ ਜੋ ਯਹਾਂ ਪੇ ਆਨੰਦ ਕਾਰਜ ਜਿਸਕਾ ਹੁਆ ਹੈ ਉਹਨੇ ਦੋਨੋਂ ਪਰਿਵਾਰੋਂ ਨੇ ਆਪਸ ਮੇਂ ਜੋ ਮਹਾਰਾਜਾ ਹੀਰਾ ਸਿੰਘ ਜੀ ਕੇ ਰੂਲਸ ਥੇ ਕਿ ਕੋਈ ਡਾਊਰੀ ਨਾ ਲੇ, ਕੋਈ ਐਸੇ ਮਿਲਨੀ ਨਾ ਹੋ, ਉਸੀ ਤਰ੍ਹਾਂ ਸੇ ਕਰਾ ਹੈ। ਇਸਮੇਂ ਕੋਈ ਡਾਊਰੀ ਨਹੀਂ ਲੀ, ਕੋਈ ਮਿਲਨੀ ਨਹੀਂ, ਸਿਰਫ ਮਾਲਾ ਪਹਿਨਾ ਕੇ ਮਿਲਨੀ ਹੋਈ ਹੈ। ਤੋ ਇਹ ਦੇਖ ਕੇ ਮੁਝੇ ਔਰ ਜ਼ਿਆਦਾ ਖੁਸ਼ੀ ਹੋਈ ਹੈ। ਇਹ ਅੱਗੇ ਵਾਲੀ ਜਨਰੇਸ਼ਨ ਜਾਂ ਸਿੱਖਣੇ ਕੇ ਲੀਏ ਹੈ ਕਿ ਜੋ ਡਾਊਰੀ ਕੇ ਨਹੀਂ ਲੈਣਾ ਚਾਹੀਏ, ਡਾਊਰੀ ਕੇ ਅਗੇਂਸਟ ਚੱਲਣਾ ਚਾਹੀਏ। ਇਨ ਲੋਕੋਂ ਨੇ ਬਹੁਤ ਅੱਛੇ ਸੇ ਉਸਕੋ ਫੋਲੋ ਕੀਆ ਹੈ।